ਮਾੜੇ ਅਨਸਰਾਂ ਤੇ ਨੱਥ ਪਾਉਣ ਦੀ ਮੁਹਿੰਮ ਵਿੱਚ ACP ਸਾਊਥ ਅਤੇ SHO ਸੁਲਤਾਨਵਿੰਡ ਦੀ ਟੀਮਾਂ ਨੇ ਇਹ ਗਿਰੋਹ ਕਾਬੂ ਕੀਤਾ ਹੈ। ਇਹ ਗਿਰੋਹ ਪਿਛਲੇ 1 ਮਹੀਨੇ ਤੋਂ 3 ਜ਼ਿਲ੍ਹਿਆਂ ਵਿੱਚ ਐਕਟਿਵ ਸੀ, ਅੰਮ੍ਰਿਤਸਰ ਕਮਿਸ਼ਨਰੇਟ, ਅੰਮ੍ਰਿਤਸਰ ਰੂਰਲ ਅਤੇ ਤਰਨ ਤਾਰਨ ਵਿੱਚ। ਇਹ ਵੱਖ ਵੱਖ ਗੱਡੀਆਂ ਨੂੰ ਚੋਰੀ ਕਰਕੇ ਐਸਟੀਮੇਟਿਡ 18 ਗੱਡੀਆਂ ਇਹਨਾਂ ਨੇ ਚੋਰੀ ਕੀਤੀਆਂ ਨੇ ਪਿਛਲੇ 1 ਮਹੀਨੇ ਵਿੱਚ, ਅਤੇ ਇਹਨਾਂ ਨੂੰ ਡਿਸਮੈਂਟਲ ਕਰਕੇ ਇਹਨਾਂ ਦੇ ਸਪੇਅਰ ਪਾਰਟਸ ਅੱਗੇ ਵੇਚ ਦਿੰਦੇ ਸਨ ਜਾਂ ਫਿਰ ਬਾਕੀ ਸਾਰੇ ਪਾਰਟਸ ਅੱਗੇ ਸਕ੍ਰੈਪ ਡੀਲਰਸ ਨੂੰ ਵੇਚ ਦਿੰਦੇ ਸਨ। ਇਹਦੇ ਵਿੱਚ ਇਹ ਦੱਸਣਾ ਚਾਹਾਂਗੀ ਕਿ ਇਹ ਸਾਰਿਆਂ ਦੇ ਬੈਕਗਰਾਊਂਡ, ਕੋਈ ਮਕੈਨਿਕ ਹੈ, ਕੋਈ ਡੈਂਟਿੰਗ ਪੇਂਟਿੰਗ ਸ਼ੋਪ ਵਿੱਚ ਕੰਮ ਕੀਤਾ ਹੈਗਾ ਕਿਸੇ ਨੇ, ਅਤੇ ਸਕ੍ਰੈਪ ਡੀਲਰਸ ਹਨ। ਇਹ ਸਵੇਰ ਦੇ ਟਾਈਮ 'ਤੇ ਰੈਕੀ ਕਰਦੇ ਸਨ, ਇਹਨਾਂ ਦੇ ਰੈਕੀ ਕਰਨ ਵਾਲੇ ਵਹੀਕਲਸ ਵੀ ਰਿਕਵਰ ਹੋ ਗਏ ਨੇ, ਅਤੇ ਰਾਤ ਦੇ ਟਾਈਮ ਇਹ ਚੋਰੀਆਂ ਨੂੰ ਅੰਜਾਮ ਕਰਕੇ ਗੋਡਾਊਨ ਵਿੱਚ ਡਿਸਮੈਂਟਲ ਕਰਕੇ ਅੱਗੇ ਟ੍ਰਾਂਸਪੋਰਟ ਕਰ ਦਿੰਦੇ ਸਨ। ਇਹਦੇ ਵਿੱਚ ਇੱਕ ਇਹ ਬੜਾ ਪੇਨਸਟੇਕਿੰਗ ਓਪਰੇਸ਼ਨ ਸੀ ਕਿਉਂਕਿ ਇਹਦੇ ਵਿੱਚ ਅਸੀਂ ਸਾਰੇ ਲਿੰਕੇਜਸ ਨੂੰ ਅਰੈਸਟ ਕੀਤਾ ਹੈ, ਜਿਵੇਂ ਕਿ ਰੈਕੀ ਕਰਨ ਵਾਲੀ ਪਾਰਟੀ, ਚੋਰ, ਅੱਗੇ ਟ੍ਰਾਂਸਪੋਰਟ ਜਿਹੜੇ ਕਰਦੇ ਸੀਗੇ ਸਕ੍ਰੈਪ ਡੀਲਰਾਂ ਨੂੰ, ਸਪੇਅਰ ਪਾਰਟਸ ਦੀਆਂ ਦੁਕਾਨਾਂ ਨੂੰ, ਅਤੇ ਜਿਹੜੇ ਸਕ੍ਰੈਪ ਡੀਲਰਸ ਨੇ ਸਾਰਿਆਂ ਨੂੰ ਅਸੀਂ ਕੀਤਾ ਹੈ ਕਾਬੂ। ਇਹਦੇ ਵਿੱਚ ਸਾਡੀ ਰਿਕਵਰੀ ਹੋਈ ਹੈ ਤਕਰੀਬਨ 18 ਗੱਡੀਆਂ, ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਉਹਨਾਂ ਦੇ ਇੰਜਨ, ਸਪੇਅਰ ਪਾਰਟਸ ਆਦਿ, ਹੋਂਡਾ ਸਿਟੀ, ਇੱਕ ਸਪਲੈਂਡਰ ਮੋਟਰਸਾਈਕਲ, 2 ਛੋਟੇ ਹਾਥੀ, ਅਤੇ ਜਿਹੜੇ ਇਹ ਇਕੁਪਮੈਂਟਸ ਯੂਜ ਕਰਦੇ ਸੀਗੇ ਇਸ ਨੂੰ ਅੰਜਾਮ ਦੇਣ ਲਈ, ਜਿਵੇਂ ਕਿ ਗੈਸ ਕਟਰਸ। ਇਹ ਵੇਚਦੇ ਕਿੱਥੇ ਸੀ ਮੈਮ ਮਾਲ, ਜਿਹੜਾ ਸਾਰਾ ਸਮਾਨ ਜਦੋਂ ਇਹ ਸਾਰਾ ਤੋੜ ਦਿੰਦੇ ਸੀ ਕਿੱਥੇ ਸੇਲ ਕਰਦੇ ਸੀ, ਕਿਹੜੇ ਡੀਲਰ ਸੀ? ਇਹ ਬੇਸਿਕਲੀ ਜੋ ਚੋਰੀ ਕਰਕੇ ਲੈ ਕੇ ਆਉਂਦੇ ਸੀ ਇਹ ਰਾਤ ਦੇ ਹਨੇਰੇ ਦੇ ਅੰਦਰ ਆਪਣੇ ਗੋਡਾਊਨ ਵਿੱਚ ਪਾਉਂਦੇ ਸੀ। ਆਸ ਪਾਸ ਦੇ ਲੋਕਾਂ ਨੂੰ, ਜਿਹੜੇ ਹੋਰ ਗੋਡਾਊਨ ਓਨਰ ਸੀ ਅਤੇ ਜਿਹੜੇ ਇਹਨਾਂ ਦਾ ਲੈਂਡਲੋਰਡ ਸੀ, ਉਹਨਾਂ ਨੂੰ ਇਹਨਾਂ ਨੇ ਕਿਹਾ ਹੋਇਆ ਸੀਗਾ ਕਿ ਇਹ ਆਥੋਰਾਈਜ਼ਡ ਲੈਜੀਟੀਮੇਟ ਜਿਹੜੀ ਲੋਨ ਡਿਫਾਲਟਰ ਗੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਡਿਸਮੈਂਟਲ ਕਰਦੇ ਨੇ। ਉਹ ਤੋਂ ਬਾਅਦ ਇਹਨਾਂ ਨੇ ਆਪਣੇ 2 ਛੋਟੇ ਹਾਥੀ ਰੱਖੇ ਹੋਏ ਸੀ, ਜਿਹਦੇ ਵਿੱਚ ਇਹ ਆਪਣੇ ਸਾਰੇ ਸਪੇਅਰ ਪਾਰਟਸ ਪਾ ਕੇ, ਜਿਹੜੇ ਕਿ ਅਸੀਂ ਅਗੇਨ ਰਿਕਵਰ ਕਰ ਲਏ ਨੇ, ਅੱਗੇ ਵੱਖ ਵੱਖ ਸਕ੍ਰੈਪ ਡੀਲਰਾਂ ਨੂੰ ਵੇਚਦੇ ਸੀ। ਇਹਦੇ ਵਿੱਚ ਜਿਹੜੇ ਵੀ ਸਕ੍ਰੈਪ ਡੀਲਰ ਦੀ ਸ਼ਮੂਲੀਅਤ ਪਾਈ ਗਈ ਹੈ ਸਾਰਿਆਂ ਨੂੰ ਅਰੈਸਟ ਕਰਕੇ ਸਾਰਿਆਂ ਦੇ ਗੋਡਾਊਨਸ 'ਤੇ ਰੇਡ ਕਰਕੇ ਰਿਕਵਰੀ ਕੀਤੀ ਗਈ ਹੈ। ਇਹਦੇ ਵਿੱਚ ਤਕਰੀਬਨ 6 ਗੋਡਾਊਨਸ ਤੋਂ ਅਸੀਂ ਸਾਰੀ ਰਿਕਵਰੀ ਇਫੈਕਟ ਕੀਤੀਆਂ ਨੇ। ਇਹਨਾਂ ਨੇ ਅੰਮ੍ਰਿਤਸਰ ਕਮਿਸ਼ਨਰੇਟ, ਅੰਮ੍ਰਿਤਸਰ ਰੂਰਲ ਅਤੇ ਤਰਨ ਤਾਰਨ ਵਿਖੇ, ਜਿਵੇਂ ਕਿ ਮੈਂ ਪਹਿਲਾਂ ਕਿਹਾ, ਇਹ ਹੋਰ ਵੀ ਵੱਡੀ ਚੋਰੀਆਂ ਨੂੰ ਅੰਜਾਮ ਦੇ ਰਹੇ ਸੀ। ਅਜੇ ਤੱਕ ਪੁੱਛਗਿੱਛ ਵਿੱਚ 18 ਗੱਡੀਆਂ ਮੰਨੇ ਨੇ ਅਤੇ 18 ਗੱਡੀਆਂ ਦੇ ਹੀ ਸਪੇਅਰ ਪਾਰਟਸ ਰਿਕਵਰ ਹੋਏ ਨੇ। ਨਹੀਂ, ਇਹ ਸਾਰੇ ਸਕ੍ਰੈਪ ਡੀਲਰਸ ਹੀ ਨੇ ਅਤੇ ਇਹਨਾਂ ਨੂੰ ਇਹ ਈਜ਼ੀ ਮਨੀ ਲੱਗਦਾ ਸੀ, ਸਿੰਸ ਇਹਨਾਂ ਕੋਲ ਕੁਛ ਡੁਪਲੀਕੇਟ ਚਾਬੀਆਂ ਸੀ, ਜਿਹੜੀ ਮਾਸਟਰ ਕੀਜ਼ ਕਹਿ ਲਓ, ਅਤੇ ਇਹ ਉਹਨਾਂ ਬੇਸਿਕਲੀ ਜਿਹੜੀ ਲੋ ਐਂਡ ਵਹੀਕਲ ਸੀ, ਜਿਵੇਂ ਕਿ ਮਾਰੂਤੀ, ਜ਼ੈਨ, ਸੈਂਟਰੋ ਆਦਿ, ਉਹਨਾਂ ਨੂੰ ਟਾਰਗੇਟ ਕਰਦੇ ਸੀ। ਉਹ ਖੋਲ੍ਹਣੀਆਂ ਵੀ ਈਜ਼ੀ ਨੇ ਅਤੇ ਡਿਸਮੈਂਟਲ ਕਰਨੀਆਂ ਵੀ ਈਜ਼ੀ ਨੇ। ਅਤੇ ਹੁਣ ਜਿਵੇਂ ਕਿ ਇਹਨਾਂ ਦਾ ਹੌਸਲਾ ਵੱਧ ਰਿਹਾ ਸੀ, ਇਹਨਾਂ ਦਾ ਸਕਿੱਲ ਹੋਨ ਹੋ ਰਿਹਾ ਸੀ, ਇਹ ਹੋਰ ਗੱਡੀਆਂ 'ਤੇ ਅਟੈਂਪਟ ਕਰ ਰਹੇ ਸੀ, ਜਿਵੇਂ ਕਿ ਇਹਨਾਂ ਨੂੰ ਕਾਬੂ ਕਰਨ ਤੋਂ ਪਹਿਲਾਂ ਇਹਨਾਂ ਨੇ ਇੱਕ ਕੁਆਲਿਸ ਡਿਸਮੈਂਟਲ ਕੀਤੀ ਸੀ। ਨਸ਼ੇ ਦੇ ਆਦਿ ਨਹੀਂ, ਪਰ ਇਹ ਆਪਣਾ ਈਜ਼ੀ ਮਨੀ ਦਾ ਇੱਕ ਸਾਧਨ ਸੀ, ਕਿਉਂਕਿ ਇਹਨਾਂ ਦਾ ਬੈਕਗਰਾਊਂਡ ਵੀ ਇਹੀ ਸੀ, ਮਕੈਨਿਕ, ਸਪੇਅਰ ਪਾਰਟ ਦੀ ਦੁਕਾਨਾਂ 'ਤੇ ਕੰਮ ਕਰਦੇ ਸਨ। ਮੋਟਰਸਾਈਕਲ ਵੀ ਕਰਦੇ ਸੀ ਕਿ ਇਕੱਲੀ ਗੱਡੀਆਂ ਹੀ ਕਰਦੇ ਸੀ? ਨਹੀਂ, ਫਿਲਹਾਲ ਗੱਡੀਆਂ ਦਾ ਹੀ ਸਾਹਮਣੇ ਆਇਆ ਹੈ। ਕੋਈ ਗੋਡਾਊਨ ਉਹਨਾਂ ਨੇ ਸਪੈਸ਼ਲੀ ਕੋਈ ਲਿੱਤਾ ਅਸੀਂ ਕੋਈ ਗੋਡਾਊਨ? ਜੀ, ਇਹ ਚੋਰਾਂ ਦਾ ਜੇ ਕਹੀਏ ਤਾਂ ਇਹਨਾਂ ਦੇ 2 ਗੋਡਾਊਨ ਅਸੀਂ ਅਨਅਰਥ ਕੀਤੇ ਨੇ ਅਤੇ ਉੱਥੋਂ ਦੀ ਰਿਕਵਰੀ ਇਫੈਕਟ ਕੀਤੀਆਂ ਨੇ, ਅਤੇ ਬਾਕੀ ਜਿਹੜੇ ਸਕ੍ਰੈਪ ਡੀਲਰਸ ਨੇ ਉਹਨਾਂ ਦੇ ਤਕਰੀਬਨ 4 ਗੋਡਾਊਨ ਇਹਨਾਂ ਦੇ ਇੰਜਨਸ ਅਤੇ ਸਪੇਅਰ ਪਾਰਟਸ ਨਾਲ ਭਰੇ ਹੋਏ ਸਨ। ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ? ਇਹ 1 ਮਹੀਨੇ ਤੋਂ ਹੀ ਐਕਟਿਵ ਹੋਏ ਸਨ ਅਤੇ ਅਸੀਂ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰ ਲਿਆ, ਪਰ 1 ਮਹੀਨੇ ਦੇ ਅੰਦਰ ਹੀ ਇਹਨਾਂ ਨੇ 18 ਗੱਡੀਆਂ ਨੂੰ ਆਲਰੇਡੀ ਟਾਰਗੇਟ ਕੀਤਾ ਹੋਇਆ ਸੀ। ਇਹ ਟੋਟਲ 10 ਮੈਂਬਰੀ ਗਿਰੋਹ ਹੈਗਾ,
ਇੰਕਲੂਡਿੰਗ ਰੈਕੀ ਪਾਰਟੀ, ਚੋਰ, ਸਕ੍ਰੈਪ ਡੀਲਰ, ਟਰਾਂਸਪੋਰਟੇਸ਼ਨ ਪਾਰਟੀ ਆਦਿ। ਇਹ ਬੇਸਿਕਲੀ ਸਵੇਰੇ ਇੱਕ ਇਹਨਾਂ ਦੇ ਕੋਲ ਹੋਂਡਾ ਸਿਟੀ ਸੀ ਅਤੇ ਇੱਕ ਬਾਈਕ ਸੀ ਸਪਲੈਂਡਰ, ਜਿਹੜਾ ਕਿ ਅਗੇਨ ਅਸੀਂ ਰਿਕਵਰ ਕਰ ਲਿਆ ਹੈ। ਇਹ ਉਹ 'ਤੇ ਆਪਣੇ ਰੈਕੀ ਕਰਦੇ ਸੀਗੇ ਥਰੂ ਆਊਟ ਸ਼ਹਿਰ ਵਿੱਚ, ਅਤੇ ਫਿਰ ਉਹਨੂੰ ਟਾਰਗੇਟ ਕਰਦੇ ਸੀਗੇ ਰਾਤੀ, ਅਤੇ ਰਾਤੀ ਹੀ ਟਰਾਂਸਪੋਰਟ ਕਰ ਦਿੰਦੇ ਸੀ ਆਪਣੇ ਗੋਡਾਊਨ ਵਿੱਚ। ਸਾਰੇ ਬੰਦੇ ਫੜੇ ਗਏ? ਜੀ, ਦੋ ਬੰਦੇ ਰਹਿ ਗਏ ਨੇ, ਅਸੀਂ ਉਹਨਾਂ ਨੂੰ ਜਲਦੀ ਕਾਬੂ ਕਰਾਂਗੇ।